ਤੇ ਬਹੁਤ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ। ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰ ਮਾਈਂਡ ਦੀ ਹਵਾਲਗੀ ਮਿਲ ਗਈ ਹੈ। ਇਸ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ, ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰ ਮਾਈਂਡ ਦੀ ਹਵਾਲਗੀ ਮਿਲ ਗਈ ਹੈ। ਦੱਸ ਕੇ ਭਾਰਤ ਲਿਆਂਦਾ ਜਾ ਰਿਹਾ ਹੈ ਗੈਂਗਸਟਰ ਰਮਨਜੀਤ ਸਿੰਘ ਰੋਮੀ ਤੇ ਹਾਂਗਕਾਂਗ ਤੋਂ ਆ ਭਾਰਤ ਲਿਆਂਦਾ ਜਾ ਰਿਹਾ ਤੇ ਸ਼ਾਮ 4 ਵਜੇ ਦਿੱਲੀ ਏਅਰਪੋਰਟ ਤੇ ਆ ਲਿਆਂਦਾ ਜਾਵੇਗਾ। ਦੱਸ ਕੇ ਪੰਜਾਬ ਪੁਲਿਸ ਗੈਂਗਸਟਰ ਰੋਮੀ ਨੂੰ ਭਾਰਤ ਲਿਆ ਰਹੀ ਹੈ ਕਿ ਹਵਾਲਗੀ ਮਿਲ ਚੁੱਕੀ ਹੈ। ਰੋਮੀ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਰੋਮੀ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕਈ ਮਾਮਲੇ ਦਰਜ ਨੇ। ਕਤਲ, ਅਗਵਾ ਤੇ ਜਬਰੀ ਵਸੂਲੀ ਦੇ ਕਈ ਮਾਮਲੇ ਦਰਜ ਨੇ। ਤਸਵੀਰ ਤੁਸੀਂ ਵੇਖ ਪਾ ਰਹੇ ਹੋ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰ ਮਾਈਂਡ ਦੀ ਹਵਾਲਗੀ ਹੁਣ ਭਾਰਤ ਨੂੰ ਮਿਲ ਰਹੀ ਹੈ। ਭਾਰਤ ਸਰਕਾਰ ਦੇ ਵੱਲੋਂ ਆਲਰੇਡੀ ਰੈੱਡ ਕਾਰਨਰ ਨੋਟਿਸ ਇਸ ਮੁਜਰਮ ਦੇ ਖਿਲਾਫ ਜਾਰੀ ਕੀਤਾ ਗਿਆ ਸੀ ਤੇ ਹੁਣ ਇਸ ਦੀ ਹਵਾਲਗੀ ਮਿਲ ਰਹੀ ਹੈ। ਭਾਰਤ ਸਰਕਾਰ ਇਸ ਨੂੰ ਜੋ ਤਮਾਮ ਅਧਿਕਾਰੀ ਮੌਕੇ ਤੇ ਮੌਜੂਦ ਨੇ, ਹਾਂਗਕਾਂਗ ਤੋਂ ਇਸ ਨੂੰ ਭਾਰਤ ਜੋ ਹੈ ਉਹ ਲਿਆਇਆ ਜਾ ਰਿਹਾ। ਗੌਰਤਲਬ ਹੈ ਕਿ ਪੰਜਾਬ ਦੀ ਨਾਭਾ ਜੇਲ੍ਹ ਬ੍ਰੇਕ 'ਚ ਬੰਦ ਗੈਂਗਸਟਰ ਵਿੱਕੀ ਗੌਂਡਰ ਨੇ ਜੇਲ੍ਹ ਬ੍ਰੇਕ ਦੀ ਸਾਜ਼ਿਸ਼ ਪੂਰੀ ਰਚੀ ਸੀ ਤੇ 27 ਨਵੰਬਰ 2016 ਦੀ ਆ ਪੂਰੀ ਘਟਨਾ ਹੈ ਜਦੋਂ ਕਿ ਗੈਂਗਸਟਰ ਗੁਰਪ੍ਰੀਤ ਸੇਖੋ ਤੇ ਵਿੱਕੀ ਗੌਂਡਰ ਜੇਲ੍ਹ ਦੇ ਮੁੱਖ ਗੇਟ ਦੇ ਨਜ਼ਦੀਕ ਖੜੇ ਸੀ। ਇਸ ਦੌਰਾਨ ਪੁਲਿਸ ਵਰਦੀ 'ਚ ਤੇ ਅਸਲਾ ਲੈ ਕੇ ਪਹੁੰਚੇ ਇਹਨਾਂ ਦੇ ਸਾਥੀਆਂ ਨੇ ਫਾਇਰਿੰਗ ਕਰਦੇ ਹੋਏ ਆਪਣੇ ਤਮਾਮ ਸਾਥੀਆਂ ਨੂੰ ਛੁਡਵਾਇਆ ਸੀ ਤੇ ਇਸ ਦੌਰਾਨ ਆਤੰਕੀ ਮਿੰਟੂ ਵੀ ਇਹਨਾਂ ਦੇ ਨਾਲ ਫਰਾਰ ਹੋਇਆ ਸੀ। ਜੇਲ੍ਹ ਬ੍ਰੇਕ ਕਰਨ ਤੋਂ ਬਾਅਦ 10 ਤੋਂ ਜ਼ਿਆਦਾ ਜੋ ਆਰੋਪੀ ਸੀ ਗੱਡੀਆਂ 'ਚ ਸਵਾਰ ਹੋ ਕੇ ਆਏ ਸੀ। ਪੁਲਿਸ ਵਰਦੀ ਪਾ ਕੇ ਆਏ ਇਹਨਾਂ ਆਰੋਪੀਆਂ ਦੇ ਵੱਲੋਂ ਮੁਲਜ਼ਮਾਂ ਨੇ ਕੈਦੀ ਨੂੰ ਜੇਲ੍ਹ ਤੋਂ ਛੁਡਵਾਉਣ ਦੀ ਗੱਲ ਕੀਤੀ ਸੀ ਤੇ ਸੰਤਰੀ ਤੋਂ ਦਰਵਾਜ਼ਾ ਇਹਨਾਂ ਦੇ ਵੱਲੋਂ ਜੇਲ੍ਹ ਦਾ ਖੁਲਵਾਇਆ ਗਿਆ ਤੇ ਇਸ ਤੋਂ ਬਾਅਦ ਦੱਸ ਦੇ ਕਿ ਆ ਵੱਡਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਸਮੇਤ 30 ਲੋਕਾਂ ਦੇ ਖਿਲਾਫ ਜੋ ਹੈ ਮਾਮਲਾ ਦਰਜ ਹੋਇਆ ਸੀ ਤੇ ਇਸ ਵੇਲੇ ਦੀ ਵੱਡੀ ਖਬਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰ ਮਾਈਂਡ ਦੀ ਹਵਾਲਗੀ ਭਾਰਤ ਨੂੰ ਮਿਲ ਚੁੱਕੀ ਹੈ। ਭਾਰਤ ਲਿਆਂਦਾ ਜਾ ਰਿਹਾ ਹੈ ਗੈਂਗਸਟਰ ਰਮਨਜੀਤ ਸਿੰਘ ਰੋਮੀ, ਜਿਸ ਦੀ ਕਿ ਤਸਵੀਰ ਤੁਸੀਂ ਆਪਣੇ ਟੈਲੀਵਿਜ਼ਨ ਸਕਰੀਨ ਤੇ ਵੇਖ ਪਾ ਰਹੇ ਹੋ। ਦੱਸ ਦਈਏ ਕਿ ਹਾਂਗਕਾਂਗ ਤੋਂ ਇਸ ਦੀ ਹਵਾਲਗੀ ਮਿਲੀ ਹੈ। ਸ਼ਾਮ 4 ਵਜੇ ਦਿੱਲੀ ਏਅਰਪੋਰਟ ਤੇ ਰੋਮੀ ਉੱਥੇ ਪਹੁੰਚੇਗਾ। ਤਮਾਮ ਅਧਿਕਾਰੀ ਨੇ ਹਾਂਗਕਾਂਗ ਤੋਂ ਲੈ ਕੇ ਉਸ ਨੂੰ ਦਿੱਲੀ ਪਹੁੰਚਣਗੇ। 5.5 ਘੰਟੇ ਦੀ ਫਲਾਈਟ ਹੈ ਹਾਂਗਕਾਂਗ ਤੋਂ ਦਿੱਲੀ। ਜੇ ਅਸੀਂ ਜ਼ਿਕਰ ਕਰੀਏ ਤੇ ਪੰਜਾਬ ਪੁਲਿਸ ਗੈਂਗਸਟਰ ਰੋਮੀ ਨੂੰ ਭਾਰਤ ਲਿਆ ਰਹੀ ਹੈ ਤੇ ਪੁੱਛ ਪੜਤਾਲ 'ਚ ਹੋਰ ਵੀ ਕਈ ਵੱਡੇ ਖੁਲਾਸੇ ਹੋਣਗੇ ਤੇ ਰੋਮੀ ਦੇ ਖਿਲਾਫ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਕਈ ਮਾਮਲੇ ਦਰਜ ਨੇ। ਕਤਲ ਦੇ ਮਾਮਲੇ ਦਰਜ ਨੇ, ਅਗਵਾ ਤੇ ਜਬਰੀ ਵਸੂਲੀ ਦੇ ਕਈ ਮਾਮਲੇ ਦਰਜ ਤੇ ਕਹਿ ਸਕਦੇ ਕਿ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਿਉਂਕਿ ਹੁਣ ਹਵਾਲਗੀ ਮਿਲ ਚੁੱਕੀ ਹੈ। ਭਾਰਤ ਲਿਆਂਦਾ ਜਾ ਰਿਹਾ ਤੇ ਪੁੱਛ ਪੜਤਾਲ 'ਚ ਕਈ ਵੱਡੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਜੋ ਹੈ ਉਹ ਜਤਾਈ ਜਾ ਰਹੀ ਹੈ। ਤੇ ਨਾਭਾ ਜੇਲ੍ਹ ਬ੍ਰੇਕ ਕਾਂਡ 2016 'ਚ ਵਾਪਰਿਆ ਸੀ, 6 ਮੁਲਜ਼ਮ ਫਰਾਰ ਹੋਏ ਸੀ। ਮੇਰੇ ਨਾਲ ਮੇਰੇ ਸਹਿਯੋਗੀ ਦੇਵਾਨੰਦ ਫੋਨ ਲਾਈਨ ਤੇ ਜੁੜੇ ਹੋਏ ਨੇ। ਦੇਵਾਨੰਦ, ਕਹਿ ਸਕਦੇ ਕਿ ਵੱਡੀ ਕਾਮਯਾਬੀ ਜੋ ਮਾਸਟਰ ਮਾਈਂਡ ਸੀ ਉਸਦੀ ਹਵਾਲਗੀ ਹੁਣ ਭਾਰਤ ਸਰਕਾਰ ਨੂੰ ਮਿਲ ਚੁੱਕੀ ਹੈ, ਪੁੱਛ ਪੜਤਾਲ 'ਚ ਹੋਰ ਵੀ ਕਈ ਵੱਡੇ ਖੁਲਾਸੇ ਹੋਣਗੇ? ਬਿਲਕੁਲ ਦੱਸ ਦਈਏ, ਕਿਉਂਕਿ ਨਾਭਾ ਜੇਲ੍ਹ ਬ੍ਰੇਕ ਹੋਇਆ ਸੀ ਉਸ ਤੋਂ ਪਹਿਲਾਂ ਜਿਹੜਾ ਇਹ ਵਿਅਕਤੀ ਨੂੰ ਜਿਹੜਾ ਸਟੇਸ਼ਨ ਕਰਕੇ ਲਿਆਂਦਾ ਜਾ ਰਿਹਾ, ਵੱਡੇ ਖੁਲਾਸੇ ਹੋਣ ਦੀ ਸੰਭਾਵਨਾ, ਕਿਉਂਕਿ ਰਮਨਦੀਪ ਸਿੰਘ ਰੋਮੀ ਜੋ ਕਿ ਆਪਣੇ ਪੇਜ 'ਤੇ ਵੀ ਦੱਸਦਾ ਕਿ ਮੈਂ ਹਾਂਗਕਾਂਗ ਤੋਂ ਜਿਹੜਾ ਸਿਲੰਡਰ ਕਰ ਰਿਹਾ, ਜਿਹੜੀ ਐਕਸਟਰਾ ਡਿਸ਼ਨ ਇਹਦੀ ਕਰਾਈ ਗਈ ਸੀ ਉਹ ਐਕਸਟਰਾ ਡਿਸ਼ਨ ਇਹਨੇ ਸਿਲੰਡਰ ਕਰ ਦਿੱਤੀ, ਵਾਪਸ ਲੈ ਲਈ ਹੈ ਅਤੇ ਹੁਣ ਜਿਹੜਾ ਅੱਜ ਵਾਪਸ ਆਏਗਾ ਭਾਰਤ ਵਾਪਸ ਆਏਗਾ ਤਾਂ ਉਸ ਤੋਂ ਬਾਅਦ ਪੁਲਿਸ ਇਹਨੂੰ ਆਪਣੀ ਕਸਟਡੀ ਲੈ ਗਈ। ਸਭ ਤੋਂ ਵੱਡੀ ਪ੍ਰਾਪਤੀ ਹੈ ਪੁਲਿਸ ਦੀ, ਕਿਉਂਕਿ ਇਸ ਤਰ੍ਹਾਂ ਦੇ ਆਰੋਪੀ ਜਿਹੜੇ ਬਾਹਰ ਫਿਰਦੇ ਨੇ ਇਹਨਾਂ ਨੂੰ ਲੈ ਕੇ ਆਉਣਾ, ਕਿਉਂਕਿ ਸਰਕਾਰ ਲਗਾਤਾਰ ਇਹਨਾਂ ਨੂੰ ਲੈ ਕੇ ਆ ਰਹੀ ਹੈ ਤੇ ਐਕਸਟ੍ਰੈਡੀਸ਼ਨ ਕਰਵਾ ਰਹੀ ਹੈ, ਤਾਂ ਇਹ ਫੰਡਿੰਗ ਕਿਉਂਕਿ ਮੇਨ ਹੈਂਡਲਰ ਮੰਨਿਆ ਜਾ ਰਿਹਾ ਸੀ ਜਦੋਂ ਵੀ ਕੋਈ ਗੈਂਗਸਟਰਾਂ ਤੋਂ ਸਮਾਨ ਮੰਗਾਉਣਾ ਸੀ, ਵੈਪਨ ਮੰਗਾਉਣੇ ਸੀ ਜਾਂ ਫੰਡਿੰਗ ਦਾ ਮਾਮਲਾ ਸੀ, ਤੇ ਇਹਨਾਂ ਵਿਅਕਤੀ ਜਿਹੜਾ ਮੇਨ ਹੈਂਡਲਰ ਉਹਨਾਂ ਦਾ ਕੰਮ ਕਰ ਰਿਹਾ ਸੀ, ਇਸ ਕਰਕੇ ਇਹਨੂੰ ਵਾਪਸ ਲਿਆਂਦਾ ਜਾ ਰਿਹਾ। ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਉਹ ਤੋਂ ਕੀਤੇ ਜਾਣਗੇ, ਕਿਉਂਕਿ ਇੱਕ ਜਦੋਂ ਨਾਭਾ ਜੇਲ੍ਹ ਬ੍ਰੇਕ ਹੋਈ ਸੀ ਉਦੋਂ ਵੀ ਇਹਦਾ ਰੋਲ ਆ ਸਾਹਮਣੇ ਆਇਆ ਸੀ, ਲੇਕਿਨ ਹੁਣ ਜਦੋਂ ਇਹਨੂੰ ਲੈ ਕੇ ਆਏ ਭਾਰਤ ਲੈ ਕੇ ਜਾਏਗਾ ਤਾਂ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਆ ਰਿਮਾਂਡ ਦੀ ਮੰਗ ਹੈ ਉਹ ਵੀ ਕੀਤੀ ਜਾਵੇਗੀ। ਲੇਕਿਨ ਇਹਨੇ ਆਪਣੇ ਪੇਜ 'ਤੇ ਲਿਖਿਆ ਕਿ ਜੋ ਸਰਕਾਰ ਨੇ ਵਾਅਦੇ ਕੀਤੇ ਆ ਸਰਕਾਰ ਆਪਣੇ ਵਾਅਦੇ 'ਤੇ ਖਰੀ ਉਤਰੇ, ਲੇਕਿਨ
ਸਭ ਤੋਂ ਵੱਡੀ ਗੱਲ ਹੈ ਕਿ ਅਗਰ ਪੰਜਾਬ ਪੁਲਿਸ ਲੈ ਕੇ ਆਉਂਦੀ ਹੈ ਜਾਂ ਉਹ ਪ੍ਰਾਪਤੀ ਹੈ, ਕਿਉਂਕਿ ਮੇਨ ਬੰਦੇ ਨੂੰ ਉੱਥੇ ਲੈਣ ਦਾ ਜਾ ਰਿਹਾ, ਉੱਥੋਂ ਕਈ ਤਰ੍ਹਾਂ ਸਵਾਲ ਹੋਣੇ ਲਾਜ਼ਮੀ ਨੇ, ਕਿਉਂਕਿ ਇਸ ਤਰ੍ਹਾਂ ਦਾ ਮਾਹੌਲ ਸੱਜਿਆ ਗਿਆ ਸੀ। ਵੈਪਨ ਕਿੱਥੋਂ ਮੁਹੱਈਆ ਕਰਵਾਏ ਸੀ, ਫੰਡਿੰਗ ਕਿਸ ਤਰ੍ਹਾਂ ਹੋ ਰਹੀ ਸੀ, ਸਾਰੇ ਮੇਨ ਹੈਂਡਲ, ਕਿਉਂਕਿ ਕੰਟੈਕਟ ਬੇਸ ਇਹ ਕਰਾਉਂਦਾ ਸੀ, ਚਾਹੇ ਇੱਥੇ ਮੈਂ ਗੱਲ ਕਰੀ ਨਾਭਾ ਜੇਲ੍ਹ ਬ੍ਰੇਕ ਦੀ ਜਾਂ ਹੋਰ ਜਿਹੜੇ ਵੈਪਨ ਆਏ ਨੇ ਉਹ ਕਿਸ ਤਰ੍ਹਾਂ ਆਏ ਨੇ, ਕਾਫੀ ਤਰ੍ਹਾਂ ਦੇ ਸਵਾਲ ਆ ਇਹਨਾਂ ਤੋਂ, ਹੁਣੇ ਬਾਕੀ ਨੇ ਜੀ। ਜੀ ਦੇਵਾਨਾ, ਜਾਣਨਾ ਚਾਹਾਂਗੇ ਕਿੰਨੇ ਕੁ ਪੁਲਿਸ ਅਧਿਕਾਰੀ ਨੇ ਜੋ ਪਹੁੰਚੇ ਹੋਏ ਨੇ ਹਵਾਲਗੀ ਲੈਣ ਦੇ ਲਈ? ਹਾਂ ਬਿਲਕੁਲ, ਕਿਉਂਕਿ ਹਜੇ ਪੁਲਿਸ ਇੱਕ ਟੀਮ ਜਿਹੜੀ ਆ ਉੱਥੋਂ ਇਹਨੂੰ ਲਏਗੀ, ਕਿਉਂਕਿ ਸ਼ਾਮ ਤੱਕ ਜਿਹੜਾ ਭਾਰਤ ਵਾਪਸ ਆਏਗਾ ਦੂਸਰੇਗਾ, ਅਤੇ ਟੀਮ ਬਣਾਈ ਗਈ ਆ, ਉਹ ਟੀਮ ਇਹਨੂੰ ਲੈ ਕੇ ਆਏਗੀ, ਅਤੇ ਲੇਕਿਨ ਪੁਲਿਸ ਅਧਿਕਾਰੀ ਜਿਹੜਾ ਸਰ ਡਿਸਕਲੋਜ਼ ਨਹੀਂ ਕਰ ਸਕਦਾ, ਅਤੇ ਲੇਕਿਨ ਉਸ ਤੋਂ ਪਹਿਲਾਂ ਹੀ ਰਮਨਦੀਪ ਰੂਮੀ ਨੇ ਆਪਣੇ ਪੇਜ 'ਤੇ ਪਾ ਕੇ ਇਸ ਗੱਲ ਦਾ ਖੁਲਾਸਾ ਜਿਹੜਾ ਉਹ ਕਰ ਦਿੱਤਾ ਕਿ ਮੈਂ ਵਾਪਸ ਆ ਰਿਹਾ, ਤਾਂ ਜਿਹੜੇ ਵਾਅਦੇ ਕੀਤੇ ਨੂੰ ਆਪਣੇ ਵਾਅਦਿਆਂ ਦੇ ਕਰੀ ਉਤਰੇ, ਅਤੇ ਜਿਹੜੀ ਐਕਸਟਰਾ ਡਿਸ਼ਨ ਸੀ ਉਹਨੇ ਵਾਪਸ ਲੈ ਲਈ ਹੈ, ਅਤੇ ਆਪਣੇ ਆਪ ਜਿਹੜਾ ਸਿਲੰਡਰ ਆ ਜਿਹੜਾ ਉਹ ਕਰ ਦਿੱਤਾ ਹੈ। ਦੇਵਾਨੰਦ, ਆ ਵੀ ਜਾਣਨਾ ਚਾਹਾਂਗੇ ਕਦੋਂ ਤੱਕ ਪੰਜਾਬ ਪੁਲਿਸ ਨੂੰ ਇਸਦੀ ਕਸਟਡੀ ਮਿਲ ਸਕਦੀ ਹੈ, ਰਿਮਾਂਡ ਮਿਲ ਸਕਦੀ ਹੈ, ਤਾਂ ਜੋ ਪੰਜਾਬ ਪੁਲਿਸ ਜੋ ਹੈ ਉਹ ਪੁੱਛ ਪੜਤਾਲ ਕਰ ਸਕੇ? ਬਿਲਕੁਲ, ਅੱਜ ਜਿਹੜੇ ਦੁਪਹਿਰ ਤੋਂ ਬਾਅਦ ਤੱਕ ਜਿਹੜੀ ਸੰਭਵ ਹੋ ਸਕਦਾ, ਤਾਂ ਸੁਬਹਾ ਜਿਹੜਾ ਇਹਨੂੰ ਪੇਸ਼ ਕੀਤਾ ਜਾ ਸਕਦਾ, ਅਤੇ ਰਿਮਾਂਡ ਆ ਜਿਹੜਾ ਪੰਜਾਬ ਪੁਲਿਸ ਕੋਰਟ ਤੋਂ ਲਵੇਗੀ ਕਿ ਸਾਨੂੰ ਇਸਦਾ ਰਿਮਾਂਡ ਚਾਹੀਦਾ, ਕਿਉਂਕਿ ਕਿਸ ਤਰ੍ਹਾਂ ਦੀ ਪੁੱਛਗਿੱਛ ਹੈ ਤੋਂ ਕਰਨੀ ਹੈ, ਫੰਡਿੰਗ ਦੇ ਬਾਰੇ ਪੁੱਛਣਾ, ਵੈਪਨ ਬਾਰੇ ਪੁੱਛਣਾ, ਨਾਭਾ ਜੇਲ੍ਹ ਬ੍ਰੇਕ ਕੌਣ ਕੌਣ ਦੇ ਨਾਲ ਹੋ ਸੀ, ਕਿਉਂਕਿ ਮੇਨ ਬੰਦਾ ਮਾਸਟਰ ਮਾਈਂਡ ਨੂੰ ਮੰਨਿਆ ਜਾ ਰਿਹਾ, ਕਿਉਂਕਿ ਮੇਨ ਹੈਂਡਲ ਰਹੇ ਸੀ, ਇਸ ਕਰਕੇ ਕਈ ਤਰ੍ਹਾਂ ਸਵਾਲ ਆ ਜਿਹੜੇ ਉਹ ਤੋਂ ਹਜੇ ਹੋਣੇ ਨੇ, ਅਤੇ ਪੁਲਿਸ ਕਈ ਖੁਲਾਸੇ ਹੋਰ ਜਿਹੜੇ ਉਹ ਕਰ ਸਕਦੀ ਹੈ, ਕਿਉਂਕਿ ਲਗਾਤਾਰ ਸਰਕਾਰ ਇਸ ਗੱਲ ਤੋਂ ਜ਼ੋਰ ਲਾ ਰਹੀ ਸੀ ਕਿ ਜਿਹੜੇ ਮੇਨ ਵਿਅਕਤੀ ਜਿਹੜੇ ਭੱਜੇ ਹੋਏ ਉਹਨਾਂ ਨੂੰ ਐਕਸਟ੍ਰੈਡੀਸ਼ਨ ਕਰਕੇ ਲਿਆਂਦਾ ਜਾਵੇ, ਅਤੇ ਲੇਕਿਨ ਜਿਹੜਾ ਰਮਨਦੀਪ ਰੂਮੀ ਇਹਨੂੰ ਵੀ ਇਸ ਕਰਕੇ ਵਾਪਸ ਲਿਆਂਦਾ ਜਾ ਰਿਹਾ ਕਿ ਇਹ ਤੋਂ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਉਹ ਕਰਨੇ ਨੇ, ਕਿਉਂਕਿ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਵਾਰਦਾਤਾਂ ਨੇ ਉਹ ਹੋ ਚੁੱਕੀਆਂ ਨੇ, ਉਹ ਇਹ ਲੋਕ ਜਿਹੜੇ ਬਾਹਰ ਬੈਠੇ ਨੇ ਬਾਹਰ ਬੈਠੇ ਵਾਰਦਾਤਾਂ ਕਰਾ ਰਹੇ ਨੇ, ਇਸ ਕਰਕੇ ਕਈ ਤਰ੍ਹਾਂ ਸਵਾਲ ਆ ਜਿਹੜੇ ਉਹ ਇਦੋਂ ਲਿਸਟ ਲੰਬੀ ਪੰਜਾਬ ਪੁਲਿਸ ਤਿਆਰ ਕਰਨਾ ਹੀ ਕਰੀ ਬੈਠੀ ਹੈ। ਜੀ ਜੀ ਦੇਵਾਨੰਦ, ਤੁਸੀਂ ਸਾਡੇ ਨਾਲ ਜੁੜੇ, ਮੈਂ ਆਪਣੇ ਸਹਿਯੋਗੀ ਅਨੰਤ ਤਿਵਾੜੀ ਦਾ ਰੁਕ ਕਰਾਂਗੀ। ਅਨੰਤ, ਜਾਣਨਾ ਚਾਹੇਗੀ ਨਾਭਾ ਜੇਲ੍ਹ ਬ੍ਰੇਕ ਕਾਂਡ ਕੇ ਮਾਸਟਰ ਮਾਈਂਡ ਕੀ ਹਵਾਲਗੀ ਮਿਲ ਚੁੱਕੀ ਹੈ, ਕਬ ਤੱਕ ਜੋ ਪੁਲਿਸ ਅਧਿਕਾਰੀ ਨੇ ਗੈਂਗਸਟਰ ਰੋਮੀ ਕੋ ਲੈ ਕੇ ਭਾਰਤ ਪਹੁੰਚ ਸਕਤੇ ਹੈ? ਦੇਖੀਏ, ਅੱਜ ਸ਼ਾਮ 4:30 ਵਜੇ ਜੋ ਦਿੱਲੀ ਏਅਰਪੋਰਟ ਹੈ ਵਹਾਂ ਪਰ ਜੋ ਨਾਭਾ ਜੇਲ੍ਹ ਬ੍ਰੇਕ ਦਾ ਮਾਸਟਰ ਮਾਈਂਡ ਰਮਨਜੀਤ ਸਿਰਫ ਰੋਮੀ ਉਸਕੋ ਭਾਰਤ ਲਾਇਆ ਜਾ ਰਹਾ ਹੈ, ਔਰ ਯਹਾਂ ਪਰ ਪੰਜਾਬ ਪੁਲਿਸ ਉਸਕੀ ਕਸਟਡੀ ਲੇਗੀ, ਉਸੇ ਕੋਰਟ ਮੇਂ ਯਹਾਂ ਪਰ ਪੇਸ਼ ਕੀਆ ਜਾਏਗਾ, ਔਰ ਯੇ ਲੰਬੇ ਵਕਤ ਸੇ ਨਾਭਾ ਜੇਲ੍ਹ ਮੇਂ ਬ੍ਰੇਕ ਮਾਮਲੇ ਮੇਂ ਭਗੋੜਾ ਥਾ, ਤੋ ਪੰਜਾਬ ਪੁਲਿਸ ਲਗਾਤਾਰ ਇਸਕੋ ਟ੍ਰੈਕ ਕਰੇਗੀ, ਉਸਕੇ ਬਾਅਦ ਇੰਟਰਪੋਲ ਕੀ ਮਦਦ ਲੀ ਗਈ, ਸੁਰੱਖਿਆ ਏਜੰਸੀਓ ਕੀ ਮਦਦ ਲੀ ਗਈ, ਉਸਕੇ ਬਾਅਦ ਇੱਕ ਜੁਆਇੰਟ ਆਪਰੇਸ਼ਨ ਕੀਆ ਗਿਆ ਹੈ, ਐਂਟੀ ਗੈਂਗਸਟਰ ਟਾਸਕ ਫੋਰਸ ਜੋ ਹੈ ਉਸਕੋ ਯੇ ਬੜੀ ਸਫਲਤਾ ਮਿਲੀ ਹੈ ਪੰਜਾਬ ਪੁਲਿਸ ਕੀ, ਔਰ 4:30 ਵਜੇ ਭਾਰਤ ਜੋ ਹੈ ਵੋ ਰਮਨਜੀਤ ਸਿਰਫ ਰੋਮੀ ਜੋ ਹੈ ਉਸੇ ਲਾਇਆ ਜਾ ਰਹਾ ਹੈ। आनंद, ये जानना चाहेंगे कितने पुलिस अधिकारी हैं जो हवालगी लेने के लिए हांगकांग पहुंचे हुए हैं? आनंद, आप मुझे सुन पा रहे हैं? तो मैं अपने सहयोगी दा मुड़ तो रुक करांगी। नाभा जेल ब्रेक कांड के मास्टर माइंड दी हवालगी मिल चुकी, जिसके मेरे सहयोगी दे वलो जिकर किया गया, आनंद दे वलो कहा गया कि 4:30 बजे तक जो फ्लाइट है लैंड करेगी, तो उस तो बाद कोर्ट पेश किया जाएगा, तो पंजाब पुलिस नु कस्टडी जो है इस गैंगस्टर दी दित्ती जाएगी, पूछ पड़ताल क्योंकि पंजाब पुलिस दे वल्लों कीती जानी है। एजीटीएफ एंटी गैंगस्टर टास्क फोर्स नु एक बड़ी कामयाबी हासिल हुई है, इंटरपोल दी मदद दे नाल आज जो गैंगस्टर सी इसनु काबू कीता गया, ते हांगकांग तो आ भारत लियाया जा रहा है। 5.5 घंटे दी फ्लाइट है, जैसे जिक्र करिए हांगकांग टू दिल्ली दी, ते शाम 4 बजे 4 तो 4:30 बजे आ लियाया जाएगा भारत, ते पंजाब पुलिस गैंगस्टर रोमी नु भारत लिया रही है। दस दे के रोमी दे खिलाफ ਰੈੱਡ ਕਾਰਨਰ ਨੋਟਿਸ ਆਲਰੇਡੀ ਜਾਰੀ ਕੀਤਾ ਹੋਇਆ ਸੀਗਾ, ਵੱਖ ਵੱਖ ਕਈ ਮਾਮਲੇ ਸੀ ਜਿਸ 'ਚ ਆ ਲੋੜੀਂਦਾ ਸੀ, ਵੈਪਨਸ ਦੀ ਮੁਹੱਈਆ ਕਰਵਾਇਆ ਜਾਂਦਾ ਸੀ, ਫੰਡਿੰਗ ਇਸਦੇ ਵੱਲੋਂ ਕਰਵਾਈ ਜਾਂਦੀ ਸੀ, ਇਸੇ ਦੇ ਵਿਚਾਲੇ ਮੇਨ ਹੈਂਡਲਰ ਜੋ ਹੈ ਆ ਦੱਸਿਆ ਜਾਂਦਾ ਸੀ, ਇਸਦਾ ਮੁੱਖ ਜੋ ਹੈ ਮੇਨ ਰੋਲ ਸੀ ਨਾਭਾ ਜੇਲ੍ਹ ਬ੍ਰੇਕ, ਜੋ 2016 'ਚ ਨਾਭਾ ਜੇਲ੍ਹ ਬ੍ਰੇਕ ਸੀ
ਉਸਦਾ ਵੀ ਮਾਸਟਰਮਾਈਂਡ ਜੋ ਹੈ ਆ ਦੱਸਿਆ ਜਾ ਰਿਹਾ ਤੇ ਵੱਡੀ ਕਾਮਯਾਬੀ ਅਸੀਂ ਕਹਿ ਸਕਦੇ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਮਿਲੀ ਹੈ। ਇੱਕ ਕੈਟੇਗਰੀ ਦਾ ਜੋ ਗੈਂਗਸਟਰ ਸੀ ਵਾਂਟਡ ਮੁਲਜ਼ਮ ਸੀ ਉਹ ਹੱਥੀ ਚੜਿਆ ਹੈ ਤੇ ਹੁਣ ਇਸ ਦੀ ਹਵਾਲਗੀ ਜੋ ਹੈ ਮਿਲ ਚੁੱਕੀ ਹੈ ਤੇ ਹਾਂਗਕਾਂਗ ਤੋਂ ਇਸ ਨੂੰ ਭਾਰਤ ਲਿਆਇਆ ਜਾ ਰਿਹਾ ਹੈ ਤੇ ਰੋਮੀ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਆਲਰੇਡੀ ਜਾਰੀ ਕੀਤਾ ਗਿਆ ਸੀ। ਕਤਲ ਅਗਵਾ ਤੇ ਜਬਰੀ ਵਸੂਲੀ ਦੇ ਕਈ ਮਾਮਲੇ ਗੈਂਗਸਟਰ ਰੋਮੀ ਤੇ ਆਲਰੇਡੀ ਦਰਜ ਨੇ। ਜੇ ਅਸੀਂ ਨਾਭਾ ਜੇਲ੍ਹ ਬ੍ਰੇਕ ਦੀ ਪੂਰੀ ਗੱਲ ਕਰੀਏ ਤੇ ਨਾਭਾ ਜੇਲ੍ਹ ਬ੍ਰੇਕ 2016 ਚ ਹੋਇਆ ਸੀ ਜਿੱਥੇ ਕਿ 6 ਮੁਲਜ਼ਮ ਫਰਾਰ ਹੋਏ ਸੀ। ਗੈਂਗਸਟਰ ਵਿੱਕੀ ਗੌਂਡਰ ਨੇ ਜੇਲ੍ਹ ਬ੍ਰੇਕ ਦੀ ਜੋ ਯੋਜਨਾ ਸੀ ਪਲੈਨਿੰਗ ਸੀ ਉਹ ਬਣਾਈ ਸੀ। 27 ਨਵੰਬਰ 2016 ਨੂੰ ਗੈਂਗਸਟਰ ਗੁਰਪ੍ਰੀਤ ਸੇਖੋਂ ਤੇ ਵਿੱਕੀ ਗੌਂਡਰ ਪੁਲਿਸ ਵਰਦੀ ਵਿੱਚ ਆਏ ਸੀ ਤੇ ਕੈਦੀਆਂ ਨੂੰ ਲੈ ਕੇ ਜਾਣ ਦੇ ਬਹਾਨੇ ਉਹਨਾਂ ਦੇ ਵੱਲੋਂ ਉਹ ਰੈਸਕਿਊ ਹੋ ਗਏ ਸੀ। ਉਹਨਾਂ ਨੇ ਸਿਕਿਉਰਿਟੀ ਤੇ ਗੋਲੀਆਂ ਚਲਾ ਕੇ ਆਪਣੇ ਸਾਥੀਆਂ ਨੂੰ ਛੁਡਵਾਇਆ ਸੀ। ਇਸ ਦੌਰਾਨ ਅੱਤਵਾਦੀ ਹਰਮਿੰਦਰ ਮਿੰਟੂ ਵੀ ਉਹਨਾਂ ਦੇ ਨਾਲ ਫਰਾਰ ਹੋਇਆ ਸੀ। ਇਸ ਤੋਂ ਬਾਅਦ ਨਾਭਾ ਪੁਲਿਸ ਨੇ ਕੋਤਵਾਲੀ ਥਾਣੇ ਵਿੱਚ ਗੈਂਗਸਟਰਸ ਜੇਲ੍ਹ ਅਧਿਕਾਰੀਆਂ ਸਮੇਤ ਕੁੱਲ 30 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਤੇ ਮੌਕੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ। ਆ ਤਸਵੀਰ ਹੈ ਗੈਂਗਸਟਰ ਰਮਨਜੀਤ ਸਿੰਘ ਰੋਮੀ ਦੀ। ਨਾਭਾ ਜੇਲ੍ਹ ਬ੍ਰੇਕ ਦਾ ਆ ਮਾਸਟਰਮਾਈਂਡ ਹੈ ਤੇ ਪੁਰਾਣੀ ਤਸਵੀਰ ਹੈ ਪਰ ਹੁਣ ਇਸ ਦੀ ਹਵਾਲਗੀ ਮਿਲ ਚੁੱਕੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ, ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਿਉਂਕਿ ਇੱਕ ਵੱਡੇ ਨੈਕਸਸ ਦਾ ਪਰਦਾਫਾਸ਼ ਹੋਏਗਾ ਕਿ ਕਿੱਥੋਂ ਇਸ ਦੇ ਵੱਲੋਂ ਫੰਡਿੰਗ ਕਰਵਾਈ ਜਾਂਦੀ ਸੀ, ਕਿੱਥੋਂ ਜੋ ਹਾਈਟੈਕ ਵੈਪਨਸ ਜੋ ਨੇ ਉਹ ਮੁਹੱਈਆ ਕਰਵਾਏ ਜਾਂਦੇ ਸੀ ਕਿਉਂਕਿ ਮੇਨ ਹੈਂਡਲਰ ਜੋ ਹੈ ਆ ਦੱਸਿਆ ਜਾਂ ਤੇ ਪੁਰਾਣੀ ਤਸਵੀਰ ਇਸ ਦੀ ਤੁਸੀਂ ਵੇਖ ਪਾ ਰਹੇ ਹੋ। ਮੇਨ ਮੁੱਖ ਮੁਲਜ਼ਮ ਹੈ ਨਾਭਾ ਜੇਲ੍ਹ ਬ੍ਰੇਕ ਦਾ, ਜਦੋਂ ਕਿ ਤਮਾਮ ਮੁਲਜ਼ਮ ਫਰਾਰ ਹੋਏ ਸੀ ਤੇ ਹਾਂਗਕਾਂਗ ਤੋਂ ਹੁਣ ਇਸ ਨੂੰ ਭਾਰਤ ਲਿਆਂਦਾ ਜਾ ਰਿਹਾ ਤੇ ਵੱਡੀ ਕਾਮਯਾਬੀ ਹਾਸਲ ਹੋਈ ਹੈ। ਇੰਟਰਪੋਲ ਦੀ ਮਦਦ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਜੇ ਤੋਂ ਪੰਜਾਬ ਅਧਿਕਾਰੀ ਨੇ ਤਮਾਮ ਉੱਥੇ ਪਹੁੰਚੇ ਨੇ, ਇਸ ਦਾ ਪਤਾ ਲਗਾਇਆ ਗਿਆ, ਇਸ ਨੂੰ ਟਰੇਸ ਕੀਤਾ ਗਿਆ ਇੰਟਰਪੋਲ ਦੀ ਮਦਦ ਦੇ ਨਾਲ ਕਿਉਂਕਿ ਰੈੱਡ ਕਾਰਨਰ ਨੋਟਿਸ ਆਲਰੇਡੀ ਜਾਰੀ ਕੀਤਾ ਗਿਆ ਸੀ ਤੇ ਇਸ ਦੇ ਵਿਚਾਲੇ ਹੁਣ ਹਵਾਲਗੀ ਮਿਲ ਚੁੱਕੀ ਹੈ ਤੇ ਹੁਣ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਤਮਾਮ ਜੋ ਅਧਿਕਾਰੀ ਨੇ, ਭਾਰਤ ਸਰਕਾਰ ਦੇ ਤਮਾਮ ਜੋ ਅਧਿਕਾਰੀ ਨੇ ਉਹ ਇਸ ਨੂੰ ਲੈ ਕੇ ਭਾਰਤ ਪਹੁੰਚਣੇ। ਤਕਰੀਬਨ 4:30 ਵਜੇ ਫਲਾਈਟ ਲੈਂਡ ਹੋਏਗੀ, ਉਸ ਤੋਂ ਬਾਅਦ ਕੋਰਟ ਪੇਸ਼ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਕਸਟਡੀ ਪੰਜਾਬ ਪੁਲਿਸ ਨੂੰ ਇਸ ਦੀ ਦਿੱਤੀ ਜਾਏਗੀ ਤੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਦੀ ਜੋ ਹਵਾਲਗੀ ਹੈ ਉਹ ਹੁਣ ਮਿਲ ਚੁੱਕੀ ਹੈ। ਮੇਰੇ ਨਾਲ ਮੇਰੇ ਸਹਿਯੋਗੀ ਦੇਵਾਨੰਦ ਲਾਈਵ ਜੁੜੇ ਹੋਏ ਨੇ। ਦੇਵਾਨੰਦ, ਕਹਿ ਸਕਦੇ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਕਾਮਯਾਬੀ, ਇੰਟਰਪੋਲ ਦੀ ਮਦਦ ਨਾਲ ਇੱਕ ਵੱਡਾ ਜੋ ਮੁਜਰਮ ਹੈ ਹੱਥੀ ਚੜਿਆ ਹੈ ਤੇ ਪੁੱਛਗਿੱਛ ਹੋਰ ਵੱਡੇ ਕਈ ਖੁਲਾਸੇ ਹੋ ਸਕਦੇ ਨੇ। ਇੱਕ ਵੱਡੇ ਨੈਕਸਸ ਦਾ ਪਰਦਾਫਾਸ਼ ਹੋ ਸਕਦਾ ਹੈ ਕਿ ਵੈਪਨਸ ਕਿੱਥੋਂ ਲਏ ਜਾਂਦੇ ਸੀ, ਤਮਾਮ ਫੰਡਿੰਗ ਕਿੱਥੋਂ ਕਰਵਾਈ ਜਾਂਦੀ ਸੀ। ਬਿਲਕੁਲ, ਕਿਉਂਕਿ ਵੱਡਾ ਖੁਲਾਸਾ ਹੋਏਗਾ ਕਿ ਆਖਿਰਕਾਰ ਵੈਪਨ ਕਿੱਥੋਂ ਸੀ, ਕਿਉਂਕਿ ਮੇਨ ਹੈਂਡਲ ਇਹਨੂੰ ਮੰਨਿਆ ਗਿਆ ਸੀ। ਮੇਨ ਹੈਂਡਲ ਇਹ ਸੀ, ਕੰਟੈਕਟ ਜਿਹਨੇ ਬਾਹਰ ਕਰਨਾ ਹੁੰਦਾ ਸੀ, ਚਾਹੇ ਸਰਹੱਦ ਤੋਂ ਪਾਰ ਕਰਨਾ ਹੋਵੇ, ਚਾਹੇ ਕਿਤੇ ਹੋਰ ਕਰਨਾ ਹੋਵੇ, ਤਾਂ ਇਹਦੇ ਨਾਲ ਕੰਟੈਕਟ ਕੀਤਾ ਜਾਂਦਾ ਸੀਗਾ। ਇਸ ਕਰਕੇ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਇਹ ਤੋਂ ਹੋਣੇ ਜ਼ਰੂਰੀ ਨੇ। ਨਾਭਾ ਜੇਲ੍ਹ ਬ੍ਰੇਕ ਇੱਡੀ ਵੱਡੀ ਘਟਨਾ ਜਿਹੜੀ ਉੱਥੋਂ ਵਾਪਰੀ ਸੀ, ਤਾਂ ਇਹ ਪੂਰਾ ਕੰਟੈਕਟ ਇਹਨਾਂ ਕੀਤਾ ਜਾਂਦਾ ਸੀ ਰਮਜੀਤ ਰੋਮੀ ਨਾਲ, ਤੇ ਹੁਣ ਇਹਨੂੰ ਜਿਹੜਾ ਉੱਥੋਂ ਲਿਆਂਦਾ ਜਾ ਰਿਹਾ ਤਾਂ ਐਕਸਟ੍ਰਾਡੀਸ਼ਨ ਕਰਾਈ ਜਾ ਰਹੀ ਸੀ। ਐਕਸਟ੍ਰਾਡੀਸ਼ਨ ਨੇ ਆਪਣੀ ਵਾਪਸ ਲਈ ਨੂੰ ਸਰੈਂਡਰ ਜਿਹੜਾ ਕਰ ਦਿੱਤਾ ਗਿਆ ਤੇ ਲੇਕਿਨ ਇਹ ਆਪਣੇ ਫੇਸਬੁੱਕ ਜਿਹੜਾ ਪੇਜ ਤੇ ਗੱਲਾਂ ਲਿਖੀਆਂ ਨੇ ਕਿ ਜੋ ਸਰਕਾਰ ਆਪਣੀਆਂ ਸ਼ਰਤਾਂ ਨੇ ਉਹ ਮੰਨੇ, ਲੇਕਿਨ ਕਈ ਸ਼ਰਤਾਂ ਨੇਗੀਆਂ ਜਿਹੜੀਆਂ ਨਹੀਂ ਮੰਨੀਆਂ ਜਾ ਸਕਦੀਆਂ ਕਿਉਂਕਿ ਕਾਨੂੰਨ ਦਾ ਕੰਮ ਹੋਣਾ। ਇਸ ਤੋਂ ਬਾਅਦ ਜਦੋਂ ਪੇਸ਼ ਹੁੰਦੇ ਨੇ, ਜਦੋਂ ਇੱਥੇ ਪਹੁੰਚਦੇ ਨੇ ਭਾਰਤ, ਤਾਂ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਕੋਰਟ ਵਿੱਚ ਜਾ ਕੇ ਉਸ ਤੋਂ ਬਾਅਦ ਜਿਹੜੀ ਰਿਮਾਂਡ ਹਾਸਲ ਕੀਤਾ ਜਾਵੇਗਾ। ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਹੋਣੇ ਨੇ, ਫੰਡਿੰਗ ਕਿਸ ਤਰ੍ਹਾਂ ਹੋਈ, ਵੈਪਨ ਕਿੱਥੋਂ ਆਏ, ਕਈ ਤਰ੍ਹਾਂ ਦੀ ਕੜੀ ਦਰ ਕੜੀ ਜਿਹੜੀ ਆ ਉਹ ਪੰਜਾਬ ਪੁਲਿਸ ਜੋੜੇਗੀ। ਲੇਕਿਨ ਪੁਲਿਸ ਨੇ ਵੱਡੀ ਪ੍ਰਾਪਤੀ ਹੈ ਕਿ ਇਸ ਤਰ੍ਹਾਂ ਦੇ ਇੰਟਰਪੋਲ ਨਾਲ ਮਿਲ ਕੇ ਜਿਹੜੇ ਬੰਦਿਆਂ ਨੂੰ ਐਕਸਟ੍ਰੈਡੀਸ਼ਨ ਕਰਕੇ ਵਾਪਸ ਲੈਂਦਿਆ ਜਾ ਰਿਹਾ, ਕਿਉਂਕਿ ਲਗਾਤਾਰ ਪੰਜਾਬ 'ਚ ਕਈ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਨੇ, ਗੈਂਗਸਟਰ ਕਰਵਾ ਰਹੇ ਨੇ, ਬਾਹਰ ਬੈਠੇ ਵਿਦੇਸ਼ਾਂ ਜਿਹੜੇ ਗੈਂਗਸਟਰ ਨੇ ਉਹ ਇੱਥੇ ਇਸ ਤਰ੍ਹਾਂ ਦੀ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹ ਇਹਨਾਂ ਦੇ ਕਾਰਨ ਵਾਪਰ ਰਹੀਆਂ ਤੇ, ਲੇਕਿਨ ਹੁਣ ਕਿਤੇ ਨਾ ਕਿਤੇ ਜਾ ਕੇ ਇਹਨਾਂ ਨੂੰ ਨੱਥ ਪੈਂਦੀ ਨਜ਼ਰ ਆ ਰਹੀ ਹੈ।
ਰਮਨਜੀਤ ਰੋਮੀ ਜਿਹੜਾ ਕਿ ਮੇਨ ਮਾਸਟਰ ਮਾਇੰਡ ਸੀ, ਮੇਨ ਹੈਂਡਲਰ ਸੀ, ਇਸ ਕਰਕੇ ਇਹਨੂੰ ਲਿਆਉਣਾ ਜ਼ਰੂਰੀ ਸੀ ਕਿਉਂਕਿ ਮਾਸਟਰ ਮਾਇੰਡ ਮੰਨਿਆ ਜਾ ਰਿਹਾ ਸੀਗਾ। ਤਾਂ ਹੁਣ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਤੋਂ ਹੋਣੇ ਨੇ, ਫੰਡਿੰਗ ਦੇ ਵੀ ਹੋਣੇ ਨੇ, ਵੈਪਨ ਦੇ ਵੀ ਹੋਣੇ ਨੇ, ਹੋਰ ਇਹਦੇ ਨਾਲ ਕੌਣ ਲਿੰਕਸ ਨੇ, ਇਹਦੇ ਲਿੰਕ ਗਾਂ ਕਿੱਥੇ ਕਿੱਥੇ ਨੇ, ਕਈ ਤਰ੍ਹਾਂ ਖੁਲਾਸੇ ਜਿਹੜੇ ਹੋਣਗੇ। ਦੇਵਰਨ ਆ ਵੀ ਜਾਣਨਾ ਚਾਹਾਂਗੇ ਆ ਕਦੋਂ ਤੋਂ ਹਾਂਗਕਾਂਗ ਭੱਜਿਆ ਹੋਇਆ ਸੀ, ਕਿਉਂਕਿ ਹਾਂਗਕਾਂਗ ਗਵਰਨਮੈਂਟ ਨੇ ਇਹਨੂੰ 2018 ਚ ਗ੍ਰਿਫਤਾਰ ਕੀਤਾ ਸੀ 30 ਕਰੋੜ ਦੇ ਇੱਕ ਰੋਬਰੀ ਮਾਮਲੇ ਚ। ਹਾਂ ਬਿਲਕੁਲ, ਉਦੋਂ ਗ੍ਰਿਫਤਾਰ ਕੀਤਾ ਗਿਆ ਸੀ, ਉੱਥੇ ਇਹਨੂੰ ਡਿਟੇਨ ਪਹਿਲਾਂ ਕੀਤਾ ਗਿਆ ਸੀਗਾ, ਕਈ ਸਾਲ ਹੋ ਗਏ ਨੇ ਜਿਹੜਾ ਉੱਥੇ ਬੈਠਾ ਸੀ, ਲੇਕਿਨ ਸਰਕਾਰ ਕਾਫੀ ਲੰਬੇ ਸਮੇਂ ਤੋਂ ਸੰਪਰਕ ਸੀਗਾ, ਇੰਟਰਪੋਲ ਨਾਲ ਗੱਲਬਾਤ ਚੱਲ ਰਹੀ ਸੀ ਇਸ ਨੂੰ ਲੈ ਕੇ ਆਉਂਦੀ, ਲੇਕਿਨ ਆਖਿਰਕਾਰ ਇਸ ਨੂੰ ਹੁਣ ਲਿਆਂਦਾ ਜਾ ਰਿਹਾ। ਆਪਣੇ ਆਪ ਜਿਹੜਾ ਕਹਿ ਰਿਹਾ ਵੀ ਮੈਂ ਸਰੈਂਡਰ ਕਰਾਂਗਾ, ਤੇ ਜਿਹੜੀ ਐਕਸਟ੍ਰੈਡੀਸ਼ਨ ਚੈਲੰਜ ਕੀਤਾ ਸੀ ਉਹਨੂੰ ਵੀ ਆਪਣੇ ਆਪ ਵਾਪਸ ਲਿਆ। ਤਾਂ ਹੁਣ ਜਿਹੜੇ ਸਵਾਲ ਨੇ ਉਹ ਕਈ ਤਰ੍ਹਾਂ ਦੇ ਤੋਂ ਹੀ ਹੋਣੇ ਨੇ, ਕਿਉਂਕਿ ਇਸ ਤੋਂ ਖੁਲਾਸੇ ਹੋਣੇ ਨੇ, ਸਰਕਾਰ ਕਈ ਚਿਰਾਂ ਤੋਂ ਦੇ ਮਗਰ ਸੀ ਕਿ ਆਖਿਰਕਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਪੰਜਾਬ 'ਚ, ਇਸ ਤੋਂ ਸਵਾਲ ਇਹ ਤੋਂ ਹੋਣੇ ਜ਼ਰੂਰੀ ਨੇ। ਉੱਥੇ ਡਿਟੇਨ ਕੀਤਾ ਗਿਆ ਸੀ, ਉੱਥੇ ਵੀ ਇੱਕ ਮੁਕਦਮਾ ਸੀ, ਅਤੇ ਲੇਕਿਨ ਹੁਣ ਇਹਨੂੰ ਵਾਪਸ ਲਿਆ ਕੇ ਇਹ ਤੋਂ ਸਵਾਲ ਪੁੱਛੇ ਜਾਣੇ ਨੇ, ਕਿਉਂਕਿ ਕਿਸ ਤਰ੍ਹਾਂ ਦੀਆਂ ਘਟਨਾਵਾਂ ਕਰਾਉਂਦੇ ਸੀ, ਆਖਿਰਕਾਰ ਕਿਉਂ ਕਰਾਉਂਦੇ ਸੀ, ਕੀ ਕਾਰਨ ਸੀ, ਕਈ ਤਰ੍ਹਾਂ ਸਵਾਲ ਹੋਣੇ ਜ਼ਰੂਰੀ ਨੇ। ਦੇਵਰਨ, ਵੱਡੀਆਂ ਵਾਰਦਾਤਾਂ ਨੂੰ ਅੰਜਾਮ ਪੰਜਾਬ 'ਚ ਦਿੱਤਾ ਜਾਂਦਾ ਹੈ, ਚਾਹੇ ਉਹ ਰੰਗਦਾਰੀ ਹੋਣ, ਚਾਹੇ ਉਹ ਕਤਲ ਹੋਣ। ਰੋਮੀ 'ਤੇ ਵੀ ਕਈ ਤਰ੍ਹਾਂ ਦੇ ਮਾਮਲੇ ਦਰਜ ਨੇ, ਕਿ ਜੋ ਗੈਂਗਸਟਰ ਨੇ ਲਾਰੈਂਸ ਬਿਸ਼ਨੋਈ, ਅਤੇ ਇਹਨਾਂ ਦੇ ਨਾਲ ਵੀ ਇਸਦੇ ਕੋਈ ਸੰਬੰਧ ਨੇ? ਬਿਲਕੁਲ, ਕਿਉਂਕਿ ਇਸ ਤੋਂ ਪਹਿਲਾਂ ਇੱਕ ਦੱਸਿਆ ਜਾ ਰਿਹਾ ਗੈਂਗਸਟਰ ਜਿਹੜਾ ਮਾਰਿਆ ਗਿਆ ਸੀਗਾ ਇੱਥੋਂ ਇੱਕ ਫਰੀਦਕੋਟ ਦੇ ਲਾਗਲੇ ਪਿੰਡ ਦਾ, ਕੋਈ ਦੱਸਿਆ ਜਾ ਰਿਹਾ ਜੇ ਨਾਂ ਉਹਦਾ ਪੂਰਾ ਡਿਕਲੇਅਰ ਨਹੀਂ ਸੋਰਸ ਕਰ ਰਹੇ, ਲੇਕਿਨ ਉਹ ਇਹਦੇ ਨਾਲ ਪਹਿਲਾਂ ਦੇ ਸੰਬੰਧ ਸੀਗੇ। ਤਾਂ ਲੇਕਿਨ ਉਸ ਤੋਂ ਬਾਅਦ ਜਿਹੜੇ ਕਿਹੜੇ ਗੈਂਗਸਟਰ ਬਾਹਰ ਬੈਠੇ ਨੇ ਉਹਨਾਂ ਨਾਲ ਇਹਨਾਂ ਦੇ ਸੰਬੰਧ ਨੇ, ਕਿਉਂਕਿ ਸੰਬੰਧ ਆ ਜਿਹੜੇ ਉਹ ਡਿਸਕਲੋਜ਼ ਹੋਣੇ ਜਿਹੜੀ ਪੁਲਿਸ ਕਰ ਪਾਏਗੀ, ਕਿਉਂਕਿ ਇਸ ਤੋਂ ਬਾਅਦ ਜਿਹੜੇ ਸੋਰਸ ਦੱਸ ਰਹੇ ਕਿ ਪਹਿਲਾਂ ਕੋਈ ਫਾਜ਼ਿਲਕਾ ਤੋਂ ਜਾਂ ਫਿਰੋਜ਼ਪੁਰ ਤੋਂ ਕੁਝ ਲੋਕ ਸੀ ਜਿਹੜੇ ਉਹਨਾਂ ਨਾਲ ਸੰਬੰਧ ਸੀਗੇ। ਤਾਂ ਲੇਕਿਨ ਬਾਹਰ ਬੈਠੇ ਵਿਦੇਸ਼ ਕਿਸ ਤਰ੍ਹਾਂ ਨਾਲ ਕੰਟੈਕਟ ਹੋਇਆ, ਕਿਸ ਤਰ੍ਹਾਂ ਬਾਹਰ ਦੇ ਬੰਦਿਆਂ ਨਾਲ ਕੰਟੈਕਟ ਹੋਇਆ, ਕਿਉਂਕਿ ਲੋਰਸ ਬਿਸ਼ਨੋਈ ਵੀ ਇੱਕ ਆਫਟਰ ਆਲ ਕਿਉਂਕਿ ਮਾਸਟਰ ਮਾਇੰਡ ਹੈ, ਕਿਉਂਕਿ ਇਹਨਾਂ ਸੰਪਰਕ 'ਚ ਜਾਂ ਗੋਲਡੀ ਬਰਾਡ ਹੋਏ, ਬਾਹਰ ਬੈਠੇ ਕੇ ਸਰਦਰਦੀ ਬਣ ਚੁੱਕੇ ਨੇ। ਇਸ ਕਰਕੇ ਤੋਂ ਸਵਾਲ ਕਈ ਹੋਣੇ ਨੇ ਵੀ ਕਿਹੜੇ ਕਿਹੜੇ ਗੈਂਗਸਟਰਾਂ ਦੇ ਸੰਬੰਧ ਸੀ ਅਤੇ ਕਿਹੜੇ ਗੈਂਗਸਟਰਾਂ ਦਾ ਲਿੰਕ ਸੀਗਾ, ਇਹ ਸਵਾਲ ਆ ਜਿਹੜੀ ਉਹ ਪੰਜਾਬ ਪੁਲਿਸ ਤੋਂ ਕਰੇਗੀ। ਦੇਵਰਨ ਆ ਵੀ ਜਾਣਨਾ ਚਾਹਾਂਗੇ ਇਸਦੀ ਕ੍ਰਿਮੀਨਲ ਬੈਕਗ੍ਰਾਉਂਡ ਦੀ, ਹਾਲਾਂਕਿ ਮਾਸਟਰ ਮਾਇੰਡ ਹੈ ਜੋ ਨਾਭਾ ਜੇਲ੍ਹ ਬ੍ਰੇਕ ਹੋਇਆ ਸੀ, ਹੋਰ ਕਿਹੜੇ ਕਈ ਮਾਮਲੇ ਇਸ 'ਤੇ ਦਰਜ ਨੇ ਜੇ ਅਸੀਂ ਪੰਜਾਬ ਦੀ ਪਰਟੀਕੁਲਰ ਜ਼ਿਕਰ ਕਰੀਏ? ਬਿਲਕੁਲ, ਪੰਜਾਬ ਵਿੱਚ ਕਈ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਇੱਕ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ ਇੱਕ ਜਿਹੜਾ ਜੇਲ੍ਹ ਬ੍ਰੇਕ ਹੋਇਆ, ਨਾਭਾ ਜੇਲ੍ਹ ਬ੍ਰੇਕ ਕਾਂਡ ਹੋਇਆ, ਸਭ ਤੋਂ ਰੀਸੈਂਟਲੀ ਉਸ ਨਾਭਾ ਜੇਲ੍ਹ ਬ੍ਰੇਕ ਵਿੱਚ ਵੀ ਇਹਦਾ ਹੱਥ ਸੀਗਾ, ਕਿਉਂਕਿ ਇਹ ਬਾਹਰ ਬੈਠਾ ਸੀ, ਕੰਟੈਕਟ ਕਰਾਉਂਦਾ ਸੀਗਾ, ਜਿਵੇਂ ਕੰਟੈਕਟ ਕਿਸੇ ਨਾਲ ਕਰਨਾ ਤਾਂ ਇਹਦੇ ਰਾਹੀਂ ਕੰਟੈਕਟ ਹੁੰਦਾ ਸੀਗਾ, ਮੇਨ ਹੈਂਡਲਰ ਸੀਗਾ, ਇਹਦੇ ਕੰਟੈਕਟ ਜਿਹੜੇ ਬੰਦੇ ਉੱਥੋਂ ਭੱਜੇ ਸੀਗੇ ਨਾਭਾ ਜੇਲ੍ਹ ਬ੍ਰੇਕ ਦੇ, ਉਹ ਕੰਟੈਕਟ ਸੀਗਾ, ਅਤੇ ਕਾਫੀ ਮੁਕੱਦਮੇ ਇੱਥੇ ਹੋਰ ਵੀ ਦਰਜ ਨੇ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਅਪਰਾਧਿਕ ਵਿਰਤੀ ਦੇ ਬੰਦੇ ਨੇ, ਇਹ ਬੈਠੇ ਉਹ ਤੋਂ ਕੰਟੈਕਟ ਕਰਦੇ ਸੀ, ਇਹੀ ਫਿਰ ਉਹਨਾਂ ਨੂੰ ਫੰਡਿੰਗ ਕਰਦੇ ਸੀ, ਕਿਉਂਕਿ ਨਾਭਾ ਜੇਲ੍ਹ ਬ੍ਰੇਕ ਨੇ ਵੀ ਇੱਕ ਵਾਰੀ ਪੂਰਾ ਪੂਰਾ ਪੰਜਾਬ ਫਲਾ ਦਿੱਤਾ ਸੀ। ਉਸ ਤੋਂ ਬਾਅਦ ਆ ਕਈ ਜਿਹੜੇ ਮੁਕੱਦਮੇ ਨੇ, ਉਹਨੇ ਲਿਸਟ ਆ ਜਿਹੜੀ ਉਹ ਲੰਬੀ ਹੋ ਚੁੱਕੀ ਸੀ ਇਹਦੀ ਵੀ, ਇਸ ਕਰਕੇ ਇਹਨੂੰ ਲਿਆਉਣਾ ਜ਼ਰੂਰੀ ਸੀ। ਹੁਣ ਜਦੋਂ ਨਾਭਾ ਜੇਲ੍ਹ ਬ੍ਰੇਕ ਹੋਇਆ, ਉਸ ਤੋਂ ਬਾਅਦ ਇਹ ਕੰਟੈਕਟ ਕਰਾਉਂਦਾ ਸੀ ਲੋਕਾਂ ਨੂੰ, ਸਾਰੇ ਜਿਹੜੇ ਗੈਂਗਸਟਰ ਸੀ, ਫਿਰ ਉਹਨੂੰ ਵੈਪਨ ਮੁਹੱਈਆ ਕਰਵਾਏ ਜਿਹੜੇ ਫਰਾਰ ਹੋਏ ਸੀ, ਕਈ ਤਰ੍ਹਾਂ ਦੇ ਜਿਹੜੇ ਨੇ ਸਵਾਲ ਨੇ ਉਹ ਇਹਨਾਂ ਤੋਂ ਬਿਹਤਰ ਜਿਹੜੇ ਉਹ ਆ ਕੇ ਦੱਸੇਗਾ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਪੇਜ 'ਚ ਆਪਣੇ ਉਹਨੇ ਗੱਲ ਜਿਹੜੀ ਲਿਖੀ ਹੈ, ਉਹਨੇ ਇਹੀ ਗੱਲਾਂ ਲਿਖੀਆਂ ਨੇ ਕਿ ਆਖਿਰਕਾਰ। ਜੀ 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 ਬਹੁਤ ਬਹੁਤ ਸ਼ੁਕਰੀਆ ਦੇਵਨ, ਸਾਨੂੰ ਤਮਾਮ ਜਾਣਕਾਰੀ ਦੇਣ ਲਈ।